ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਕੌਰ ਪੱਟੀ ਅੱਜ ਤੋਂ ਫਿਰ ਤੋਂ YouTube ਦੀ ਵੀਡੀਓ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਸੋ ਅੱਜ ਦੀ ਜਿਹੜੀ ਵੀਡੀਓ ਹੋਊਗੀ ਉਹ ਟੂਲ ਦੀਆਂ ਫੁਲਕਾਰੀਆਂ ਦਾ ਪਾਰਟ 1 ਹੋਊਗੀ ਅਤੇ ਅਗਲੀ ਜਿਹੜੀ ਵੀਡੀਓ ਦੇ ਵਿੱਚ ਸਾਰੀਆਂ ਅਸੀਂ ਜਿਹੜੀਆਂ ਟੂਲ ਦੀਆਂ ਫੁਲਕਾਰੀਆਂ ਜਿਹੜੀਆਂ ਪੀਲੇ ਰੰਗ ਨਾਲ ਕੱਢੀਆਂ ਜਾਂਦੀਆਂ ਉਹ ਦਿਖਾਵਾਂਗੇ। ਇਸ ਦੇ ਵਿੱਚ ਅਸੀਂ ਟੂਲ ਦੀਆਂ ਫੁਲਕਾਰੀਆਂ ਕੁਛ ਮੈਰੂਨ ਕਲਰ ਦੇ ਵਿੱਚ, ਪਰਪਲ ਕਲਰ ਦੇ ਵਿੱਚ ਅਤੇ ਜਿਹੜੀਆਂ ਮਿਕਸ ਕਲਰਸ ਨਾਲ ਕੱਢੀਆਂ ਜਾਂਦੀਆਂ ਉਹ ਵਿਖਾਵਾਂਗੇ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਤੋਂ, ਪਰ ਤੁਸੀਂ ਖਰੀਦਣ ਦੇ ਲਈ ਸਾਡੇ ਨੰਬਰਸ ਹਨ 805-46-2971-950-120-5453, ਤੁਹਾਨੂੰ ਲਿਖੇ ਵੀ ਥੱਲੇ ਆਉਂਦੇ ਹੋਣਗੇ, ਜਾਂ ਸਾਡਾ ਐਡਰੈਸ ਹੈਗਾ ਪ੍ਰਵੀਨ ਫੁਲਕਾਰੀ ਹਾਊਸ M 637/12 ਲਾਅ ਰੋਡ ਪੱਟੀ। ਯੂਟਿਊਬ 'ਤੇ ਤੁਹਾਨੂੰ ਹੁਣ ਡੇਲੀ ਜਿਹੜੀਆਂ ਪਿਛਲੀਆਂ ਵੀਡੀਓਜ਼ ਵੀ ਰਿਵਾਇੰਡ ਹੋਣਗੀਆਂ, ਤੁਸੀਂ ਇੱਕ ਇੱਕ ਕਰਕੇ ਹਰ ਵੀਡੀਓ ਜਿਹੜੀ ਆ ਰੋਜ਼ ਵੇਖ ਸਕਦੇ ਹੋ, ਉਹਨਾਂ ਵੀਡੀਓਜ਼ ਦਾ ਵੀ ਆਨੰਦ ਮਾਣ ਸਕਦੇ ਹੋ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਪਰ ਇਹਨਾਂ ਸਾਰੀਆਂ ਵੀਡੀਓਜ਼ ਦੇ ਵਿੱਚ ਜਿਹੜੀਆਂ ਵੀ ਟੂਲ ਦੀਆਂ ਫੁਲਕਾਰੀਆਂ ਵਿਖਾਈਆਂ ਜਾਂਦੀਆਂ ਉਹ ਸਾਰੀਆਂ ਹੈਂਡਮੇਡ ਆ, ਕੋਈ ਵੀ ਮਸ਼ੀਨ ਮੇਡ ਨਹੀਂ ਹੈਗੀ। ਸੋ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੈਰੂਨ ਕਲਰ ਦੇ ਉੱਤੇ ਟੂਲ ਦੀ ਫੁਲਕਾਰੀ ਦਿਖਾਉਂਗੀ। ਸੋ ਇਹ ਮੈਰੂਨ ਕਲਰ ਦੇ ਉੱਤੇ ਟੂਲ ਦੀ ਫੁਲਕਾਰੀ ਬਣੀ ਹੋਈ ਆ। ਸੋ 2.5 ਮੀਟਰ ਲੰਬੀ ਅਤੇ 1 ਮੀਟਰ ਚੌੜੀਆਂ ਹੁੰਦੀਆਂ। ਤੁਸੀਂ ਵੇਖ ਸਕਦੇ ਹੋ ਹੈਂਡਮੇਡ ਹੈਗੀਆਂ ਸਾਰੀਆਂ, ਪਿੱਛੋਂ ਵੀ ਵੇਖ ਸਕਦੇ ਹੋ, ਤੁਹਾਨੂੰ ਪਿੱਛੋਂ ਗੰਢਾਂ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਹੈਂਡਮੇਡ ਹੈ ਜਾਂ ਮਸ਼ੀਨ ਮੇਡ। ਸੋ ਇਹ ਮੈਰੂਨ ਕਲਰ ਦੇ ਉੱਤੇ ਇੱਕ ਫੁਲਕਾਰੀ ਜਿਹੜੀ ਆ ਬਣੀ ਹੋਈ, ਵਿੱਚ ਵਿੱਚ ਬੂਟੀਆਂ ਹੈ ਜੀ, ਆਹ ਤੁਹਾਨੂੰ ਆਈਡੀਆ ਹੋ ਜੂਗਾ। ਛੋਟੇ ਛੋਟੇ ਆ ਸਿਰ ਪੱਲੇ ਵਾਲੀ ਸਾਈਡ 'ਤੇ ਬਣੇ ਹੋਏ ਆ, ਅਤੇ ਇਹ ਸਾਰੀ ਫੁਲਕਾਰੀ ਹੈ 2.5 ਮੀਟਰ ਫੁਲਕਾਰੀ ਹੈ ਮੈਰੂਨ ਕਲਰ ਦੇ ਬੇਸ 'ਤੇ। ਇਹ ਅਵੇਲੇਬਲ ਆ ਜੀ, ਇਹ ਤੁਸੀਂ ਖਰੀਦ ਸਕਦੇ ਹੋ। ਜਿਹੜੀ ਮੈਂ ਲਈ ਹੋਈ ਆ ਲਾਲ ਰੰਗ ਦੀ, ਉਹ ਵੀ ਟੂਲ ਦੀ ਫੁਲਕਾਰੀ ਹੈ ਜੀ। ਸੋ ਸੈਕਿੰਡ ਜਿਹੜੀ ਟੂਲ ਦੀ ਫੁਲਕਾਰੀ ਹੈਗੀ ਆ ਉਹ ਹੈਗੀ ਆ ਜੀ ਮੈਰੂਨ ਬੇਸ ਦੇ ਉੱਤੇ। ਇਹ ਡਿਜ਼ਾਈਨ ਬਹੁਤ ਅਸੀਂ ਸੇਲ ਕੀਤਾ ਹੋਇਆ, ਤੁਸੀਂ ਕ੍ਰੀਮ ਕਲਰ ਦੇ ਉੱਤੇ ਵੀ ਵੇਖਿਆ ਹੋਊਗਾ। ਵਿੱਚ ਵਿੱਚ ਇਹਦੇ ਸਾਰੇ ਬਿੰਦੀਆਂ ਜੀ, ਬੈਕ ਸਾਈਡ ਵੀ ਵੇਖ ਸਕਦੇ ਹੋ, ਹੈਂਡਮੇਡ ਆ ਜੀ ਪ੍ਰੋਪਰ। ਵਿੱਚ ਵਿੱਚ ਬਿੰਦੀਆਂ ਜੀ, ਪਰਪਲ ਕਲਰ ਦੇ ਉੱਤੇ ਫੁਲਕਾਰੀ ਹੈ ਜੀ। ਮੈਂ ਤੁਹਾਨੂੰ ਪੂਰੀ ਖੋਲ੍ਹ ਕੇ ਇਹਦੀ ਦਿਖਾ ਦਿੰਦੀ ਹਾਂ, ਕਿਉਂਕਿ ਬਹੁਤ ਸਾਰੇ ਜਾਣੇ ਫਿਰ ਕਹਿ ਦਿੰਦੇ ਆ ਤੁਸੀਂ ਪਿਕਚਰਸ ਭੇਜੋ ਪੂਰੀ ਨਹੀਂ ਖੋਲ੍ਹ ਕੇ ਹੈਗੀ। ਇਹ ਪੂਰੀਆਂ ਹੀ ਖੋਲ੍ਹ ਕੇ ਹੁੰਦੀਆਂ ਜੀ। ਸੋ ਵੇਖ ਸਕਦੇ ਹੋ ਇਹ ਵਾਈਨ ਜਿਹਾ ਕਲਰ ਹੈ ਜੀ, ਬੈਕ ਸਾਈਡ ਵੀ ਵੇਖ ਸਕਦੇ ਹੋ। ਸੋ ਇਹ ਪ੍ਰਵੀਨ ਫੁਲਕਾਰੀ ਆ, ਉਸ 'ਤੇ ਸਾਡੇ ਸਟਿੱਕਰਸ ਜਿਹੜੇ ਹੁੰਦੇ ਆ ਅਤੇ ਇਹੋ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਓਰੀਜਨਲ ਪ੍ਰੋਡਕਟ ਆ ਜਾਂ ਕਿੱਦਾਂ ਵੀ ਆ। ਸਾਡਾ ਹੋਰ ਕਿਤੇ ਵੀ ਕੋਈ ਆਊਟਲੈਟ ਜਾਂ ਕਿਸੇ ਵੀ ਵੈਂਡਰਸ ਕੋ ਸਾਡੇ ਨਾਂ 'ਤੇ ਪਲੀਜ਼ ਨਾ ਖਰੀਦੋ। ਵਿੱਚ ਵਿੱਚ ਇੱਦਾਂ ਦੀਆਂ ਬੂਟੀਆਂ ਜੀ ਗੋਲ ਗੋਲ, ਇਹ ਪੀਸ ਵੀ ਅਵੇਲੇਬਲ ਆ ਜੀ। 2 ਮੈਰੂਨ ਵਿਖਾਏ ਆ ਜੀ, 1 ਪਰਪਲ ਕਲਰ ਦਾ, ਇਹ 3 ਪੀਸ ਵੀ ਅਵੇਲੇਬਲ ਆ, 1 ਆ ਰੈੱਡ ਕਲਰ ਦਾ। ਇਹ ਸਿਰਫ ਮੈਂ ਕਲਰਡ ਪੀਸਿਸ ਦਿਖਾਉਂਦੀ ਹਾਂ ਜਿਹੜੇ ਰੈੱਡ ਕਲਰ ਦੇ ਨਾਲ ਕਲਰਾਂ ਨਾਲ ਕੱਢੇ ਹੋਏ ਆ 3-4 ਕਲਰਸ ਨਾਲ। ਸੋ ਇਹ ਵੇਖ ਸਕਦੇ ਹੋ ਛੋਟੀ ਛੋਟੀ ਕੰਨੀਆਂ ਬਣੀਆਂ ਹੋਈਆਂ, ਪੱਲੇ ਬਣੇ ਹੋਏ ਆ, ਅਤੇ ਬੈਕ ਸਾਈਡ ਵੀ ਵੇਖ ਸਕਦੇ ਹੋ ਕਿੰਨਾ ਸਾਫ਼ ਸੁਥਰਾ ਕੰਮ, ਨੀਟ ਐਂਡ ਕਲੀਨ ਜਿਹੜਾ ਕੀਤਾ ਹੋਇਆ। ਸੋ ਇਹਨਾਂ ਦੇ ਸਕਰੀਨਸ਼ੋਟ ਲੈ ਕੇ ਸਾਡੇ ਨੰਬਰਸ 'ਤੇ ਸੰਪਰਕ ਕਰ ਸਕਦੇ ਹੋ, ਰੇਡੀ ਟੂ ਸੇਲ ਆ ਜੀ। ਤੁਸੀਂ ਇਹ ਇੱਦਾਂ ਹੀ ਭਾਵੇਂ ਪਿੱਕ ਕਰ ਸਕਦੇ ਹੋ, ਇਹ ਵਿੱਚ ਵਿੱਚ ਜਿਹੜੀਆਂ ਇੱਦਾਂ ਦੀਆਂ ਦੇ ਫੁੱਲ ਪਏ ਹੋਏ ਆ। 2.5 ਮੀਟਰ ਲੰਬੀਆਂ, 1 ਮੀਟਰ ਚੌੜੀ ਹੁੰਦੀ ਹੈ ਜੀ ਟੂਲ ਦੀ ਫੁਲਕਾਰੀ, ਓਰਿਜਨਲ ਟੂਲ 'ਤੇ ਹੁੰਦੀ ਹੈ ਜੀ। ਸੋ ਇੱਕ ਇਹਦੇ ਨਾਲ ਦਾ ਹੋਰ ਪੀਸ ਆ ਜੀ ਇਹੋ ਜਿਹਾ ਹੀ, ਪਰ ਉਹਦਾ ਡਿਜ਼ਾਇਨਿੰਗ ਦਾ ਥੋੜ੍ਹਾ ਜਿਹਾ ਫਰਕ ਆ, ਉਹ ਥੋੜ੍ਹੀ ਸੰਘਣੀ ਬਣਾਈ ਹੋਈ ਹੈ ਜੀ, ਵਿੱਚ ਫੁੱਲ ਉਹਦੇ 'ਚ ਸੰਘਣੇ ਆ, ਇਹ ਵੇਖ ਸਕਦੇ ਹੋ।
ਵਿੱਚ ਇਦਾਂ ਦੇ ਫੁੱਲ ਆ ਜੀ। ਸੋ ਇਹਦੇ ਚ ਵੇਖੋ ਤੁਸੀਂ ਬੈਕ ਸਾਈਡ ਤੇ ਸਾਰਿਆਂ, ਮੈਂ ਤੁਹਾਨੂੰ ਬੈਕ ਸਾਈਡ ਤੇ ਵਿਖਾਉਣ ਦਾ ਮਤਲਬ ਇਹ ਆ ਕਿ ਇਹ ਚੀਜ਼ ਕੋਈ ਵੀ ਮਸ਼ੀਨ ਮੇਡ ਨਹੀਂ ਹੁੰਦੀ। ਇੱਕ ਇਹ ਪੀਸ ਜਿਹੜਾ ਅਵੇਲੇਬਲ ਆ ਜੀ। ਸੋ ਪਲੀਜ਼ ਕਈ ਵਾਰ ਜਿਹੜੇ ਤੁਸੀਂ ਨਾਲ ਦੀ ਨਾਲ ਹੀ ਬੁੱਕ ਕੋਸ਼ਿਸ਼ ਕਰਿਆ ਕਰੋ, ਕਰਵਾ ਲਿਆ ਕਰੋ, ਕਿਉਂਕਿ ਬਾਅਦ 'ਚੋਂ ਜਦੋਂ ਤੁਸੀਂ ਸਟੋਕ ਮੰਗਦੇ ਹੋ ਫਿਰ ਉਹਨਾਂ ਲਈ ਕਸਟਮਾਈਜ਼ ਲਈ ਟਾਈਮ ਲੱਗਦਾ। ਸੋ ਇੱਕ ਇਹ ਪੀਸ ਅਵੇਲੇਬਲ ਆ ਜੀ। ਇਹਨਾਂ ਨਾਲ ਦੇ ਦੋ ਦੋ ਤਿੰਨ ਤਿੰਨ ਪੀਸ ਜਿਹੜੇ ਬਣੇ ਹੁੰਦੇ ਆ, ਪਰ ਜਦੋਂ ਸੇਲ ਹੋ ਜਾਂਦੇ ਆ ਫਿਰ ਇਹ ਦੁਬਾਰਾ ਕਸਟਮਾਈਜ਼ ਹੁੰਦੇ ਆ, ਦੁਬਾਰਾ ਬਣਦੇ ਆ ਔਨ ਆਰਡਰ। ਫਿਰ ਤੁਸੀਂ ਪੇਮੈਂਟ ਦੇ ਕੇ ਜਿਹੜੀ ਇਹਦੀ ਬੁਕਿੰਗ ਕਰਵਾ ਸਕਦੇ ਹੋ। ਵਿਦਆਊਟ ਪੇਮੈਂਟਸ ਅਸੀਂ ਜਿਹੜੀਆਂ ਤੁਹਾਡੀਆਂ ਬੁਕਿੰਗਸ ਨਹੀਂ ਲੈਂਦੇ। ਸੋ ਇਹ ਵੀ ਵੇਖ ਸਕਦੇ ਹੋ ਬੈਕ ਸਾਈਡ ਤੋਂ। ਇਹ ਸਾਰਾ ਫੁੱਲ ਹੀ ਆ ਦੁਪੱਟਾ, ਇੱਦਾਂ ਪੂਰਾ ਡਿਜ਼ਾਈਨ ਬਣਿਆ ਹੋਇਆ, ਸਾਰਾ ਭਰਿਆ ਹੋਇਆ ਦੁਪੱਟਾ ਜੀ। ਇੱਕ ਇਹ ਪਹਿਲਾਂ ਭਰਿਆ ਹੋਇਆ, ਦੂਸਰੇ ਕਲਰ ਦੇ ਵਿੱਚ ਇੱਕ ਇਹਦਾ ਨਾਲ ਦਾ ਮੈਂ ਪਿਛਲੀ ਵੀਡੀਓ 'ਚ ਦਿਖਾਏ ਸੀ, ਤੁਸੀਂ ਬਹੁਤ ਸਾਰਾ ਇਹਦੇ ਨਾਲ ਦੀ ਡਿਮਾਂਡ ਕੀਤੀ ਸੀ ਕਿ ਫੇਰ ਵਿਖਾਓ। ਇਹ ਸਾਰਾ ਆਲ ਓਵਰ ਦੁਪੱਟਾ ਜੀ। ਸੋ ਪਲੀਜ਼ ਇਹਨਾਂ ਵੀਡੀਓਜ਼ ਨੂੰ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਆ ਕਰੋ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ ਸਾਰਾ ਹੈਂਡਮੇਡ ਆ। ਇਹ ਸਟਿੱਕਰਸ ਸਾਡੇ ਪ੍ਰਵੀਨ ਫੁਲਕਾਰੀ ਹਾਊਸ 'ਤੇ ਲੱਗੇ ਹੋਏ ਆ ਜੀ। ਇਹ ਸਾਰਾ ਇੱਦਾਂ ਬਣਿਆ ਹੋਇਆ, ਇੱਕੋ ਮਤਲਬ ਇੱਦਾਂ ਕੰਨੀ ਪੱਲੇ ਅਲੱਗ ਅਲੱਗ ਨਹੀਂ ਆ, ਸਾਰਾ ਹੀ ਸੇਮ ਡਿਜ਼ਾਈਨਸ ਦੇ ਨਾਲ ਰੈਡੀ ਹੋਇਆ ਹੋਇਆ। ਲਾਸਟ ਪੀਸ ਜਿਹੜਾ ਮੈਂ ਅੱਜ ਕਲਰਡ ਵਿਖਾਉਂਦੀ ਹਾਂ ਉਹ ਹੈਗਾ ਜੀ ਆਹ। ਇਹਦਾ ਇੱਕ ਹੀ ਪੀਸ ਪੈਂਡਿੰਗ ਆ, ਤੁਸੀਂ ਬਾਕੀ ਜੇ ਔਨ ਬਾਕੀ ਬਣਾਉਣੇ ਆ ਤਾਂ ਉਹ ਔਨ ਆਰਡਰ ਹੀ ਬਣਨਗੇ। ਇਹ ਸਾਰਾ ਇੱਦਾਂ ਫੁੱਲ ਜਾਲ ਬਣਿਆ ਹੋਇਆ, ਅੱਗੋਂ ਪਿੱਛੋਂ ਵੇਖ ਸਕਦੇ ਹੋ। ਇਹ 2.5 ਮੀਟਰ ਲੰਮਾ ਹੈ, ਪੂਰਾ ਨਹੀਂ ਮੈਂ ਖੋਲ੍ਹ ਕੇ ਵਿਖਾ ਰਹੀ ਕਿਉਂਕਿ ਆਹ ਵੇਖੋ ਇਹਦੀਆਂ 4 ਤਿਆਂ ਹੋਈਆਂ ਹੋਈਆਂ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਸੋ ਇਹ ਕਲਰਡ ਜਿਹੜਾ ਦੁਪੱਟਾ ਇਹ ਵਾਲਾ ਵੀ ਹੈਗਾ, ਇੱਕ ਪੀਸ ਰੈੱਡ ਕਲਰ ਦੇ ਬੇਸ ਦੇ ਉੱਤੇ ਕਲਰ ਥਰੈਡਸ ਨਾਲ ਵਰਤਿਆ ਹੋਇਆ। ਇੱਕ ਇਹ ਜਿਹੜਾ ਦੁਪੱਟਾ ਮੈਂ ਲਿਆ ਹੋਇਆ ਇਹ ਵੀ ਤੁਸੀਂ ਦੇਖ ਸਕਦੇ ਹੋ, ਇਹਦਾ ਵੀ ਇੱਦਾਂ ਡਿਜ਼ਾਈਨ ਬਣਿਆ ਹੋਇਆ। ਕਿਉਂਕਿ ਬਹੁਤ ਸਾਰੀ ਵਾਰੀ ਮੈਨੂੰ ਮੈਸੇਜਸ ਆਉਂਦੇ ਆ ਜਿਹੜਾ ਦੁਪੱਟਾ ਤੁਸੀਂ ਲਿਆ ਉਹ ਵੀ ਤੁਸੀਂ ਦਿਖਾ ਦਿਆ ਕਰੋ। ਸੋ ਇਹ ਵੀ ਪਿੱਛੋਂ ਵੇਖ ਸਕਦੇ ਹੋ ਪੂਰਾ ਹੈਂਡਮੇਡ ਆ ਜੀ। ਸੋ ਇਹ ਜਿਹੜੇ ਪੀਸਿਸ ਆ ਇਹ ਆ ਮੈਰੂਨ ਅਤੇ ਮੈਂ ਰੈੱਡ ਕਲਰ ਦੇ ਵਿੱਚ ਦਿਖਾਇਆ, ਇਹਦੇ ਨਾਲ ਦੇ ਪੀਸਿਸ ਜਿਹੜੇ ਆ ਅਵੇਲੇਬਲ ਹੋਣਗੇ। ਤੁਸੀਂ ਇਹ ਬਾਏ ਕਰ ਸਕਦੇ ਹੋ 8050 46 21 977, 950-154-88 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਪ੍ਰਵੀਨ ਫੁਲਕਾਰੀ ਹਾਊਸ M636/12 ਲਾਹੌਰ ਰੋਡ ਪੱਟੀ 'ਤੇ ਸਾਡੇ ਕੋਲ ਆ ਕੇ ਵੀ ਖਰੀਦ ਸਕਦੇ ਹੋ। ਵਰਲਡਵਾਈਡ ਸ਼ਿਪਿੰਗ ਜਿਹੜੀ ਅਵੇਲੇਬਲ ਆ, ਅਤੇ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ। ਇੰਸਟਾਗ੍ਰਾਮ ਹੈਂਡਲ ਫੁਲਕਾਰੀ ਹਾਊਸ ਤੁਹਾਨੂੰ ਉੱਤੇ ਲਿਖਿਆ ਹੁੰਦਾ ਹੋਣਾ, ਉੱਤੇ ਵੀ ਜਾ ਕੇ ਉਹਨੂੰ ਫੋਲੋ ਕਰ ਲਓ। ਫੇਸਬੁੱਕ ਪੇਜ ਜਿਹੜਾ ਪ੍ਰਵੀਨ ਫੁਲਕਾਰੀ ਹਾਊਸ ਉਹਨੂੰ ਵੀ ਫੋਲੋ ਕਰ ਛੱਡੋ ਫੋਰ ਫਰਦਰ ਅਪਡੇਟ। ਉੱਥੇ ਅਸੀਂ ਰੋਜ਼ ਦੀ ਐਕਟੀਵਿਟੀ ਪਾਉਂਦੇ ਰਹਿੰਦੇ ਹਾਂ, ਰੋਜ਼ ਦੀ ਰੋਜ਼ ਪਿਕਚਰਸ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵੇਖਣ ਦੇ ਲਈ, ਪਰ ਇਹਨਾਂ ਵੀਡੀਓਜ਼ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ, ਚਾਹੇ ਜਿੱਦਾਂ ਵੀ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੱਕ ਜ਼ਰੂਰ ਇਹਨਾਂ ਨੂੰ ਸ਼ੇਅਰ ਕਰਿਆ ਕਰੋ। ਥੈਂਕ ਯੂ ਸੋ ਮਚ।